ਸੋ ਦੋਸਤੋ ਅਸੀਂ ਹੋ ਗਏ ਹਾਂ ਰੈਡੀ ਅਤੇ ਅੱਜ ਅਸੀਂ ਨਿਕਲਣ ਲੱਗੇ ਹਾਂ ਅਟਲ ਟਨਲ ਵੱਲ ਨੂੰ ਅਤੇ ਉਸ ਤੋਂ ਅੱਗੇ ਦੇਖਾਂਗੇ ਸਪੀਤੀ ਜਾਇਆ ਗਿਆ ਤਾਂ ਫਿਲਹਾਲ ਵੈਸੇ ਤਾਂ ਕਹਿੰਦੇ ਰਸਤਾ ਬੰਦ ਹੈ ਬਰਫ਼ ਬਹੁਤ ਹੈ ਔਰ ਅਸੀਂ ਜਾਵਾਂਗੇ ਕਿਉਂ ਕਹਿੰਦੇ ਆ ਸਿਸੂ ਤੱਕ ਅਤੇ ਬੰਦੇ ਸਾਰੇ ਸਾਡੇ ਰੈਡੀ ਹੋ ਗਏ ਆ ਔਰ ਇਹ ਖੜ੍ਹੇ ਨੇ ਸਾਰੇ ਰੈਡੀ ਹੋ ਕੇ ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਰੂਮ 'ਚੋਂ ਅਤੇ ਮਿਲਦੇ ਹਾਂ ਆਪਾਂ ਅੱਗੇ ਲਓ ਜੀ ਇਹ ਹੈ ਜੀ ਹੋਟਲ ਜਿੱਥੇ ਅਸੀਂ ਕੀਤਾ ਸੀ ਨਾਈਟ ਸਟੇ ਲੈਣ ਦੀ ਗੱਡੀ ਚੁਣੀ ਮੇਰੇ ਸਾਹਮਣੇ ਹਾਂਜੀ ਚਲੀਏ ਫਿਰ ਨਿਕਲੀਏ ਹੁਣ ਹੈਂ ਲਓ ਜੀ ਹੁਣ ਅਸੀਂ ਲੱਗੇ ਹਾਂ ਨਿਕਲਣ ਇੱਥੋਂ ਮਨਾਲੀ ਤੋਂ ਡਾਇਮੰਡ ਹੋਟਲ ਜਿੱਥੇ ਅਸੀਂ ਸਟੇਅ ਕੀਤਾ ਸੀਗਾ ਸਾਨੂੰ 1500 ਰੁਪਏ 'ਚ ਰੂਮ ਮਿਲ ਗਿਆ ਸੀ ਜੀ ਪੰਜ ਜਾਣਿਆਂ ਨੂੰ ਵਧੀਆ ਸੀ ਬਹੁਤ ਵਧੀਆ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਸ਼ਿਲਾਂਗ ਵੈਲੀ ਅਤੇ ਵਿਊ ਦੇਖੋ ਤੁਸੀਂ ਨਜ਼ਾਰੇ ਆਲ ਨਜ਼ਾਰੇਦਾਰ
ਵਾਈ ਬੱਟ ਕਰ ਸਕਦੇ ਆ ਜਿਹੜੀ ਇਹ ਸ਼ਾਸ਼ਾ ਵਾਲੀ ਵਾਈ ਬੱਟ ਕਰਨੀ ਪੈਣੀ ਹੈ ਉਹ ਕਾਫੀ ਅੱਗੇ ਤੱਕ ਜਾਂਦੀ ਸੀ ਉਦੋਂ ਹੁਣ ਆਪਾਂ ਜੂਨ ਜੁਲਾਈ 'ਚ ਹੁੰਦੇ ਤੇ ਬਰਫ਼ ਅੱਗੇ ਤੱਕ ਪਿਘਲਦੇ ਸੀ ਹੈਂ ਤਾਂ ਅੱਗੇ ਬਣਾ ਲਏ
ਸਤਿਆ ਜੀ ਅੱਗੇ ਜਾਂਦੀ ਗੱਡੀ ਅੱਗੇ ਗੱਡੀ ਜਾਂਦੀ ਹੈ ਪਰ ਅੱਗੇ ਬੰਦ ਕੀਤਾ ਹੋਇਆ ਬੰਦ ਕੀਤਾ ਹੈ ਕੁਝ ਬੰਦ ਹੈ ਐਵਲਾਂਚ ਐਵਲਾਂਚ ਆ ਰਹੀ ਠੀਕ ਮੈਂ ਕਿੰਨਾ ਕੁ ਜਾਂਦੀ ਅੱਗੇ ਗੱਡੀ ਕਰਦੀ ਮੀਟਰ ਦੇ ਬਸ ਅੱਛਾ ਮੀਟਰ ਜਾ ਕੇ ਅੱਗੇ ਚੈੱਕ ਕਰਨਾ ਚਲੋ ਇੱਥੇ ਸਟੇ ਕਰੀਏ ਸਟੇ ਨਹੀਂ ਕਰਨਾ ਸਟੇ ਉੱਥੇ ਬਸ ਸੋ ਇਹ ਆ ਜੀ ਲਾਹੌਲ ਲਾਹੌਲ ਤੋਂ ਮਤਲਬ ਜਿਹੜਾ ਰਸਤਾ ਬੰਦ ਕੀਤਾ ਹੋਇਆ ਸੀ ਅੱਗੇ ਅੱਗੇ ਅਤੇ ਇਸ ਤੋਂ ਅੱਗੇ ਸਾਡੀ ਗੱਡੀ ਨਹੀਂ ਗਈ ਅਤੇ ਹੁਣ ਅਸੀਂ ਇੱਥੋਂ ਵਾਪਸ ਜਾਵਾਂਗੇ ਅਤੇ ਅਸੀਂ ਅੱਜ ਰਾਤ ਜਿਹੜੀ ਸਟੇ ਆ ਹੁਣ ਸਿਸੂ ਕਰਾਂਗੇ ਜਾ ਕੇ ਅਤੇ ਬਾਕੀ ਜਿਹੜਾ ਇਹ ਰਸਤਾ ਵਾ ਤਕਰੀਬਨ ਮਈ ਜੂਨ ਜੁਲਾਈ ਦੇ ਵਿੱਚ ਪੂਰੀ ਤਰ੍ਹਾਂ ਖੁੱਲ੍ਹਾ ਹੁੰਦਾ ਵਾ ਅਤੇ ਉਦੋਂ ਤੁਸੀਂ ਅੱਗੇ ਜਾ ਸਕਦੇ ਜੇ ਇੱਥੋਂ ਲਦਾਖ ਤੱਕ ਜਿਹੜਾ ਲੇਹ ਲਦਾਖ ਤੱਕ ਰਸਤਾ ਜਾਂਦਾ ਇਹ ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਇੱਥੋਂ